हाँ भी कितना वधिया सारे ठीक ठाक हो। तो अज आप जाना डेनवर नूं, इतों 70 लैके ऑल द वे 70 हो जाऊगा। तो 70 का व्यू कितना दा, सारा व्यू ही होगा मोस्टली, बिच माड़ा मोटा कितने रोकेंगे ब्रेक लवेंगे, नहीं सारा 70 तुहानूं दिखावांगे भी कितना। तो जिहड़े चैनल ते नवें आ चैनल नूं सबसक्राइब कर लो। रोड कितना दे अमेरिका दे, ते ट्रकिंग कितना, वैसे ट्रकों बारे आपां नूं ज़्यादा नॉलेज नहीं हैगी नवें ट्रकिंग दे विच, ते रोडां ते जो कुछ हैगा किदां दे रोड आ, वेयर हाउस किदां, लोड चक्किया छड्डिया, इदां दी वीडियो आउणगीआं सारियां। ते जल्दी जल्दी चैनल नूं सबसक्राइब कर लो, कमेंट करके जरूर दस्सिया करो वीडियो किदां लगी अपनी। आ चलिए फिर हुण आपां। आ की पिया राह च? किसी का कुछ गिर गया, आपका समान सामभ के रखा करो भाई। किसी का कुछ गिरया वैर रोड के उपर, हूँ दिने तो ठीक रहे बंदा देख लेंदा, कई बार रात को बाकी स्नो का एरिया उदों काम खराब हो सकता। अज कल सिर्फ व्यू ही व्यू देखने को मिलने, और कुछ भी नहीं होना अज के ब्लॉग च। सैवनटी रूट इन्ना घंट आ, जो बंदे चलते आ पक्का ही चलते हैं ये, पर स्नो के आके थोड़ा जहा काम खराब हो जाता इधर न, जोड़े बंदे चलते आ वह पक्के ही चलते हैं ये। क्या बात ने बाबे, लगे होना कैमरे दे विच नहीं मैनू पता भी किदां दा लगदा जां की गलबात आ, पर मैनू ये पता भी आदा सिरा होया पिया। साबे चक्या कॉफी चक्की आ, लास्ट ब्रेक अपनी ये, इतों बाद आप नहीं रुकना। इतों बाद नहीं रुकना अपने, सत्ता डेनवर बाबा सुख रखे स्केल आनी आना रोक लैन। तो दूजी गल स्नो आ, स्नो मुंडा आया कॉल पर गल हुई सी, कहिंदा ठीक आ सो फार ठीक आ, जल्दी जल्दी छक के निकल दें फिर आप। लंगर पानी छक लिया अपने, सारा कुछ गोडा लीए रब का नौ, तो हूँ तुरीए क्योंकि अपने को टाइम थोड़ा ही आंट घंट व्यू भी आने, सारा कुछ गुड होना हूँ ता करके टाइम नाल निकले चंगा। 5:30 बचा रहा आप, 7 बजे तक पहुँचना, 1.5 घंटा अपने को, हूँ आप कोई ब्रेक नहीं लैनी हैगी, हूँ आप सीधा फेर। मीला तो कुछ ज़्यादा नहीं है, मीला 350 मील आ सारी, लंगर पानी छक लिया, चाह चक ली आ, सारा कुछ गोडा, आप फटाफट
ਸਟੇਸ਼ਨ ਆ ਕਿਉਂਕਿ ਪਹਿਲਾਂ ਲਵ ਤੋਂ ਤੇਲ ਲੈਂਦੇ ਹੁੰਦੇ ਸੀ ਹੁਣ ਆਪਾਂ ਲੈਣ ਲੱਗ ਗਏ ਪਾਇਲਟ ਤੋਂ ਓਏ ਹੋਏ 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 ਆ ਜਾ ਸੋਹਣੇ ਆ ਜਾ ਲੰਘ ਜਾਣ ਤੋਂ ਭਾਈ ਓਏ ਮੈਨੂੰ ਕਾਹਲੀ ਆ ਥੋੜ੍ਹੀ ਜੀ ਇਹ ਦੋ ਨੇ ਲਵ ਦੇ ਇੱਕ ਇੱਧਰ ਆ ਲਵ ਦਾ ਇੱਧਰ ਟਰੱਕਾਂ ਵਾਲਾ ਆ ਟਰੱਕਾਂ ਵਾਲਾ ਅਤੇ ਆ ਹੈਗਾ ਗੱਡੀਆਂ ਵਾਸਤੇ ਇੱਧਰ ਸਾਬਿਆ ਆਰ ਪੀ ਦਾ ਉੱਧਰ ਤੇਲ ਪ੍ਰਾਈਸ ਤੁਸੀਂ ਦੇਖ ਲਈ ਆ ਸਰਾ ਹੋਇਆ ਪਿਆ ਓਪਨ ਦਾ ਸਾਈਨ ਲਿਖਿਆ ਆ ਗਿਆ ਲਓ ਵੀ ਮਿੱਤਰੋ ਜਿਹਦਾ ਡਰ ਸੀ ਉਹੀ ਕੰਮ ਹੋ ਗਿਆ ਸਕੇਲ ਆ ਓਪਨ ਤੇਜੀ ਨੇ ਮੇਰੇ ਸੈਲੇ ਨਹੀਂ ਚੇਂਜ ਕਰਾਏ ਹੈਗੇ ਪ੍ਰੀ ਪਾਸ ਦੇ ਨਹੀਂ ਤਾਂ ਆਪਣਾ ਰੈਕਡ ਫੁੱਲ ਘੈਂਟ ਆ ਇਹਨਾਂ ਨੇ ਟਰੱਕ ਹੀ ਬਹੁਤ ਖੜਾਏ ਹੋਏ ਆ ਗੰਜਰਾਂ ਨੇ ਸਾਰੀ ਲਾਈਨਾਂ ਚ ਲਵਾਈ ਜਾਂਦੇ ਨੇ ਵਟ ਹੈਪਨ ਬੜੀ ਇਹ ਕਹਿੰਦੇ ਵੀ ਸਾਰਿਆਂ ਨੂੰ ਆਓ ਵੀ ਸਾਰੀ ਜਾਓ ਇੱਥੋਂ ਸਾਰਿਆਂ ਦੇ ਪੇਪਰ ਪੂਪਰ ਜੇ ਕਢਾਈ ਫਿਰਦੇ ਆ ਕਹਿੰਦੇ ਨੇ ਆ ਜਾਓ ਇੱਧਰ ਨੂੰ ਆ ਜਾਓ ਸਟੋਪ ਔਨ ਸਕੇਲ ਕਾਹਦਾ ਚੱਲ ਰਿਹਾ ਸਕੇਲ ਆ ਇੱਥੇ ਸਕੇਲ ਹੁੰਦੀ ਆ ਅਤੇ ਇੱਥੇ ਹੁੰਦੇ ਨੇ ਬਈ ਦੋ ਟਾਇਰ ਖੜਾਉਣੇ ਹੁੰਦੇ ਆ ਇੱਥੇ ਪਹਿਲਾਂ ਉਹ ਲਿਖਿਆ ਗਿਆ ਸਟੋਪ ਔਨ ਸਕੇਲ ਮੈਂ ਤਾਂ ਸਕੇਲ ਦਾ ਵੇਟ ਵੀ ਨਹੀਂ ਕਰਾਇਆ ਸੀ ਅਜੇ ਕਿਹੜਾ ਇੱਧਰ ਨੂੰ ਸਤਾਈ 240 ਹੋ ਗਿਆ ਹੁਣ ਹੁਣ ਆਊਗਾ ਆਪਣੇ ਅਗਲੇ ਟਾਇਰ ਪੰਜਾਬੀ ਵੀਰੋ ਰਿਟਰਨ ਟੂ ਹਾਈਵੇ ਥੈਂਕ ਯੂ ਰਿਟਰਨ ਟੂ ਹਾਈਵੇ ਕਰਤਾ ਥੈਂਕ ਯੂ ਵੀ ਲਿਖਤਾ ਕਲਰਾਡੋ ਵਾਲਿਆਂ ਨੇ ਹੁਣ ਆਪਾਂ ਹੁਣ ਕਹਿੰਦੇ ਬਾਈ ਤੁਸੀਂ ਜਾਓ ਸਿੱਧਾ ਜਾ ਕੇ ਹਾਈਵੇ 'ਤੇ ਚੜ੍ਹੋ ਬਹੁਤ ਬਹੁਤ ਧੰਨਵਾਦ ਕਲਰਾਡੋ ਵਾਲਿਆਂ ਦਾ ਤਿੰਨ ਟਰੱਕ ਖੜਾਏ ਨੇ ਇਹਨਾਂ ਦੀ ਇੰਸਪੈਕਸ਼ਨ ਹੋ ਰਹੀ ਹੈ ਇਹਨਾਂ ਦੇ ਪੇਪਰ ਵਰਕ ਚੈੱਕ ਹੋਣੇ ਆ ਸਾਰਾ ਕੁਛ ਚੈੱਕ ਕਰਕੇ ਤੋਰਨਾ ਹੁੰਦਾ ਵੈਸੇ ਕੁਛ ਨਹੀਂ ਕਿਉਂਕਿ ਆਪਣੇ ਵੀ ਸਾਰਾ ਪੇਪਰ ਵਰਕ ਪੂਰਾ ਸਾਰਾ ਕੁਛ ਸੀ ਵੈਸੇ ਪਰ ਪਤਾ ਕੁਛ ਨਹੀਂ ਹੁੰਦਾ ਉਹਦਾ ਕਹਿਣਾ ਜਿਵੇਂ ਆਪਣੇ ਵੀ ਪੁਲਿਸ ਵਾਲੇ ਨੂੰ ਦੇਖ ਕੇ ਬੰਦੇ ਹਿੱਲੇ ਜਾਂਦੇ ਆ ਸੇਮ ਉਹੀ ਕੰਮ ਇਹਨਾਂ ਦਾ ਅਤੇ ਹੁਣ ਆਪਾਂ ਫਿਰ ਵਾਪਸ ਜਾ ਕੇ ਹਾਈਵੇ 'ਤੇ ਪੈ ਜਾਣਾ ਅਤੇ ਆ ਜਾਓ ਗੁਫਾ ਲੱਗੀ ਆ ਹੁਣ ਗੁਫਾ ਦੇ ਵਿੱਚ ਐਂਟਰ ਹੋਣਾ ਛੋਟੀ ਗੁਫਾ ਹੈ ਵੱਡੀ ਗੁਫਾ ਨਹੀਂ ਹੈਗੀ ਛੋਟੀ ਗੁਫਾ ਹੈ ਟਨਲ ਛੋਟਾ ਟਨਲ ਆ ਇਹ ਵੱਡਾ ਨਹੀਂ ਹੈਗਾ ਸੈਵਨਟੀ ਦਾ ਵਿਊ ਮੈਨੂੰ ਨਹੀਂ ਲੱਗਦਾ ਕੋਈ ਹੋਰ ਤੋੜ ਹੋਊਗਾ ਸੈਵਨਟੀ ਦੇ ਵਿਊ ਦਾ ਅੱਸੀ ਵਾਲਾ ਵੀ ਨਹੀਂ ਇੰਨਾ ਘੱਟ ਹੈਗਾ ਸੱਤਰ ਵਾਲੇ ਵਿਊਆਂ ਦਾ ਨਹੀਂ ਤੋੜ ਹੈਗਾ ਯਾਰ ਸੱਤਰ ਵਾਲੇ ਹੀ ਨੇ ਪਰ ਹੁਣ ਜਿਹੜੇ ਅਸਲੀ ਵਿਊ ਆਉਣੇ ਸੀ ਯਾਰ ਨੂੰ ਰਾਤ ਹੋ ਜਾਣੀ ਆ ਸੂਰਜ ਲੱਗ ਗਿਆ ਛਿਪਣ ਹਾਂ ਪਰ ਸੂਰਜ ਟਾਈਮ ਤਾਂ ਹਜੇ ਸਹੀ ਗੱਲ ਆ 2:30 ਵਜੇ ਆ ਅਤੇ ਪਹਾੜੀਆਂ ਇੰਨੀਆਂ ਵੱਡੀਆਂ ਵੱਡੀਆਂ ਨੇ ਜਿਹੜੀ ਟੌਪ ਦੀ ਸਭ ਤੋਂ ਉੱਚੀ ਪਹਾੜੀ ਸੀ ਉਹ 7200 ਫਿੱਟ ਉੱਚੀ ਸੀ ਉਹ ਜਦੋਂ ਆ ਹਾਂ 7200 ਫੁੱਟ ਉੱਚੀ ਆ ਹੁਣ ਆਪਾਂ ਥੱਲੇ ਡਾਊਨ ਜਾਈ ਜਾਂਦੇ ਹਾਂ ਅੱਗੇ ਫਿਰ 200 ਮੀਲਾਂ ਯਾਰ 70 ਵਾਲੇ ਵਿਊ ਗਾਰਡ ਨੇ ਬਸ ਸਨੋ ਵਾਲੇ ਥੋੜ੍ਹਾ ਤੰਗ ਨੇ ਆ ਟਰੱਕ ਲੰਘਿਆ ਲਿਬੜਿਆ ਹੋਇਆ ਸੀ ਇਹਦਾ ਮਤਲਬ ਅੱਗੇ ਕੰਮ ਗਿੱਲਾ ਹੀ ਹੋਇਆ ਵਿਆ ਰੋਡ 'ਤੇ
ਵਿਜ਼ੀਬਲ ਆ ਵਿੱਚ, ਵਿਊ ਚੈੱਕ ਕਰੋ, ਨਾਲ ਪਾਣੀ ਆ ਅਤੇ ਨਾਲ ਨਾਲ ਰੋਡ ਚੱਲ ਰਿਹਾ, ਸਿਰਾ ਲੱਗਿਆ, ਟਨਲ ਆ ਗਿਆ, ਘੱਟੋ ਘੱਟ 5-6 ਆਉਂਦੇ ਆ ਇਹ 70 ਦੇ ਉੱਪਰ। ਘਰ ਦੇਖ ਬਾਬੇ ਕਿੰਨੀ ਘੈਂਟ ਥਾਂ 'ਤੇ ਬਣਾਇਆ, ਚਮਕਾ ਮਾਰਦਾ ਘਰ, ਪਾਲੀ ਆਡਰ ਥਾਂ 'ਤੇ ਬਣਾਇਆ ਬੰਦੇ ਨੇ, ਵਿਊ ਸਰਾ। ਕਿਰਪਾ ਬਾਬੇ ਦੀ, ਆਪਾਂ ਇੱਥੇ ਪਹੁੰਚੇ ਹਾਂ, ਫੂਡ ਸਾਰਾ ਕੁਛ ਇਹਨਾਂ ਨੇ ਕਲੀਨ ਕਰਤਾ, ਅਤੇ ਸਾਈਡਾਂ 'ਤੇ ਦੇਖ ਸਕਦੇ ਹੋ ਸਨੋਅ ਪਈ ਆ ਹਜੇ ਵੀ, ਔਰ ਰੋਡ ਬਿਲਕੁਲ ਵਧੀਆ। ਕਲੋਰਾਡੋ ਵਾਲੇ ਵੈਸੇ ਇਸ ਗੱਲ ਨੂੰ ਬਹੁਤ ਵਧੀਆ ਨੇ, ਜਦੋਂ ਹੀ ਸਨੋਅ ਪੈਂਦੀ ਆ ਉਦੋਂ ਹੀ ਚੱਕ ਦਿੰਦੇ ਆ, ਸਾਫ਼ ਕਰ ਦਿੰਦੇ ਆ ਰੋਡ, ਅਤੇ ਲੂਣ ਵਗੈਰਾ ਵੀ ਸਾਰਾ ਕੁਛ ਉੱਥੇ ਪਾ ਦਿੰਦੇ ਆ। ਕਰਦੇ ਵੀ ਤਾਂ ਹੀ ਆ ਕਿਉਂਕਿ ਇੱਥੇ ਪੈਂਦੀ ਬਹੁਤ ਜ਼ਿਆਦਾ ਆ ਚਾਈਨਾ ਮੋਸਟਲੀ, ਆ ਜਿਹੜੀਆਂ ਹਿੱਲਾਂ ਨੇ ਲਾਸਟ 2-3 ਆਉਂਦੀਆਂ ਨੇ, 100 ਕੁ ਮੀਲ ਰਹਿ ਜਾਂਦਾ ਇੱਥੋਂ, 100-150 ਇੱਥੇ ਚਾਈਨਾ ਬਹੁਤ ਪੈਂਦੀਆਂ ਨੇ। ਵਿਊ ਸਿਰਾ ਪਹਿਲਾਂ ਹੀ ਦੱਸਿਆ ਸੀ, ਲਓ ਵੀ ਮਿੱਤਰੋ ਕਹਿੰਦੇ ਚਿੱਟਾ ਹੀ ਚਿੱਟਾ ਹੋਇਆ ਵਿਆਹ ਕੰਮ, ਚਾਰੇ ਪਾਸੇ ਇਹਦਾ ਇੱਦਾਂ ਹੀ ਲੱਗਦਾ ਜਿੱਦਾਂ ਬੱਦਲਾਂ 'ਚ ਆ ਗਏ ਹੁੰਦੇ ਆ। ਇਹਨੂੰ ਕਹਿੰਦੇ 70 ਕਹਿੰਦੇ ਆ, ਜੇ ਮਿਲਿਆ ਰਣਿਆਲੇ ਵਾਲੇ ਦਾ ਇੱਕ ਸ਼ੇਰ ਆ ਉਹ ਲਾਵਾਂਗੇ ਆਪਾਂ ਇੱਥੇ, 70 ਵਾਲਾ। ਵੈਸੇ ਉਹ ਤੋਂ ਵੀ ਪਰਮਿਸ਼ਨ ਲੈਣੀ ਪੈਣੀ ਆ ਕਿਤੇ, ਜੋ ਉੱਪਰ ਕਾਪੀ ਰਾਈਟ ਪਾ ਦੇਵੇ। ਲਓ ਵੀ ਮਿੱਤਰੋ ਇਹ ਲਾਸਟ ਵਿਊ ਆ, ਕਿਉਂਕਿ ਇਹ ਤੋਂ ਬਾਅਦ ਹੋ ਜਾਣੀ ਆ ਰਾਤ, ਅਤੇ ਥੋੜ੍ਹਾ ਜਿਹਾ ਆਪਾਂ ਨੂੰ ਡਰਾਈਵ ਵੀ ਧਿਆਨ ਨਾਲ ਕਰਨੀ ਪੈਣੀ ਆ, ਟੈਂਪਰੇਚਰ ਮਾਈਨਸ 'ਚ ਆ, ਅਤੇ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਕਰਦੇ ਹਾਂ ਬੰਦ। ਜਿਹੜੇ ਚੈਨਲ 'ਤੇ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਆਪਾਂ ਇੱਦਾਂ ਟਰੱਕਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਹੋਰ ਕੀ ਕਹਿੰਦੇ ਹੁੰਦੇ ਆ, ਬਸ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਯਾਰ, ਹੌਸਲਾ ਵੱਧਦਾ ਵੀ ਹਾਂ ਕਿੱਦਾਂ ਲੱਗੀ ਹੈ ਵੀਡੀਓ। ਠੀਕ ਆ।